ਉਹ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਇਸ ਵੇਲੇ ਦੀ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਫਰੀਦਕੋਟ ਤੋਂ ਜਿੱਥੇ ਕਿ ਇੱਕ ਡਾਕਟਰ ਨੂੰ ਬਦਮਾਸ਼ ਪਹੁੰਚਦੇ ਆ ਮੂੰਹ ਬਨ ਕੇ ਦੀਵਾਲੀ ਤੇ ਮਠਿਆਈ ਦਾ ਡੱਬਾ ਦੇਣ ਵਾਸਤੇ ਔਰ ਜਦੋਂ ਡਾਕਟਰ ਸਾਹਿਬ ਉਸ ਡੱਬੇ ਨੂੰ ਖੋਲ੍ਹਦੇ ਆ ਤਾਂ ਫਿਰ ਹੋਸ਼ ਉੱਡ ਜਾਂਦੇ ਆ ਕਿਉਂਕਿ ਉਸ ਦੇ ਵਿੱਚ ਇੱਕ ਲੈਟਰ ਹੀ ਇਹੋ ਜਿਹਾ ਲਿਖਿਆ ਹੋਇਆ ਸੀ ਲੈਟਰ ਦੇ ਵਿੱਚ ਕੀ ਸੀ ਉਹ ਵੀ ਦੱਸ ਦਿੰਨੇ ਆ ਲੈਟਰ ਦੇ ਵਿੱਚ ਲਿਖਿਆ ਹੋਇਆ ਸੀ ਕਿ ਫਰौती ਦਿਓ 1.5 ਲੱਖ ਰੁਪਇਆ ਨਹੀਂ ਤਾਂ ਫਿਰ ਤੁਹਾਡਾ ਕੰਮ ਤਮਾਮ ਕਰ ਦਿਆਂਗੇ ਇਸ ਤਰ੍ਹਾਂ ਦੀ ਗੱਲ ਲਿਖੀ ਹੋਈ ਸੀ ਔਰ ਆ ਦੇਖ ਸਕਦੇ ਹੋ ਤੁਸੀਂ ਸੀਸੀਟੀਵੀ ਫੁਟੇਜ ਜਿਹੜੀ ਆ ਉਸ ਦੇ ਵਿੱਚ ਖੁਲਾਸਾ ਹੋਇਆ ਕਿ ਕਿਸ ਤਰੀਕੇ ਦੇ ਨਾਲ ਬਦਮਾਸ਼ ਜਿਹੜੇ ਆ ਉਹ ਮੂੰਹ ਟੱਕ ਕੇ ਜਾਂਦੇ ਆ ਔਰ ਉੱਥੇ ਰਿਸੈਪਸ਼ਨ ਦੇ ਉੱਪਰ ਹਸਪੀਟਲ ਆ ਜਿਹੜਾ ਫਰੀਦਕੋਟ ਦਾ ਇੱਕ ਹਸਪੀਟਲ ਦੀ ਇਹ ਖਬਰ ਹੈ ਔਰ ਉੱਥੇ ਰਿਸੈਪਸ਼ਨਿਸਟ ਨੂੰ ਡੱਬਾ ਫੜਾਉਂਦੇ ਆ ਕਿ ਡਾਕਟਰ ਸਾਹਿਬ ਨੂੰ ਡੱਬਾ ਫੜਾ ਦਿਓ ਔਰ ਉਸ ਤੋਂ ਬਾਅਦ ਡੱਬਾ ਜਿਹੜਾ ਆਫਿਸ ਬੋਏ ਨੂੰ ਦੇ ਦਿੱਤਾ ਜਾਂਦਾ ਤਾਂ ਫਿਰ ਜਦੋਂ ਡੱਬਾ ਡਾਕਟਰ ਦੇ ਕੋਲੇ ਪਹੁੰਚਦਾ ਤਾਂ ਫਿਰ ਹੋਸ਼ ਛੁੱਟ ਜਾਂਦੇ ਆ ਦੇਖ ਸਕਦੇ ਹੋ ਮਠਾਈ ਦਾ ਡੱਬਾ ਕਿਉਂਕਿ ਆਮ ਤੌਰ ਤੇ ਦੇਖਦੇ ਆਂ ਅਸੀਂ ਜਦੋਂ ਕੋਈ ਤਿਉਹਾਰ ਦਾ ਸੀਜ਼ਨ ਹੁੰਦਾ ਦਿਨ ਤਿਉਹਾਰ ਹੁੰਦਾ ਤਾਂ ਲੋਕ ਅਕਸਰ ਸ਼ੁਭਚਿੰਤਕ ਜਿਹੜੇ ਆ ਬਣ ਕੇ ਜਾਂਦੇ ਆ ਸ਼ੁਭਚਿੰਤਕ ਆਪਣੇ ਕਿਸੇ ਰਿਸ਼ਤੇਦਾਰ ਨੂੰ ਦੋਸਤਾਂ ਮਿੱਤਰਾਂ ਨੂੰ ਇਸ ਤਰੀਕੇ ਨਾਲ ਦੀਵਾਲੀ ਤੇ ਜਾਂ ਕੋਈ ਹੋਰ ਤਿਉਹਾਰ ਹੋਵੇ ਕੋਈ ਨਵਾਂ ਸਾਲ ਜਾਂ ਕੁਝ ਵੀ ਜਦੋਂ ਕੋਈ ਦਿਨ ਤਿਉਹਾਰ ਹੁੰਦਾ ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਅਕਸਰ ਦੇਖਣ ਨੂੰ ਮਿਲਦੀਆਂ ਕੋਈ ਗਿਫਟ ਲੈ ਕੇ ਪਹੁੰਚ ਜਾਂਦਾ ਤੇ ਕੋਈ ਮਠਾਈ ਦੇ ਡੱਬੇ ਲੈ ਕੇ ਪਹੁੰਚ ਜਾਂਦਾ ਇਹ ਵੀ ਡਾਕਟਰ ਕੋਲੇ ਗਏ ਸੀ ਡਾਕਟਰ ਦੇ ਦੋਸਤ ਬਣ ਕੇ ਮਿੱਤਰ ਬਣ ਕੇ ਰਿਸ਼ਤੇਦਾਰ ਬਣ ਕੇ ਤਾਂ ਸਪਲੈਂਡਰ ਮੋਟਰਸਾਈਕਲ ਦੇ ਉੱਪਰ ਇਹ ਦੋ ਮੁੰਡੇ ਗਏ ਸੀ ਪੂਰੀ ਪਲੈਨਿੰਗ ਕਰਦੇ ਆ ਪਹਿਲਾਂ ਪੂਰੀ ਪਲੈਨਿੰਗ ਘੜੀ ਜਾਂਦੀ ਔਰ ਬਾਲੀਵੁੱਡ ਦੀਆਂ ਫਿਲਮਾਂ ਦੇਖ ਕੇ ਜਿਹੜਾ ਇਹ ਬਾਲੀਵੁੱਡ ਦੀਆਂ ਫਿਲਮਾਂ ਦੇਖ ਕੇ ਇਹ ਜਿਹੜੇ ਨੌਜਵਾਨ ਆ ਉਹ ਪਲਾਨ ਬਣਾਉਂਦੇ ਆ ਤਾਂ ਦੇਖ ਸਕਦੇ ਹੋ ਦੋ ਮੁੰਡੇ ਸੀ ਮੋਟਰਸਾਈਕਲ ਦੇ ਉੱਪਰ ਔਰ ਇੱਕ ਮੁੰਡਾ ਤਾਂ ਮੋਟਰਸਾਈਕਲ ਦੇ ਉੱਪਰ ਬੈਠਾ ਰਹਿੰਦਾ ਮੂੰਹ ਬੰਨ ਕੇ ਔਰ ਦੂਸਰਾ ਮੁੰਡਾ ਜਿਹੜਾ ਉਹ ਅੰਦਰ ਚਲਾ ਜਾਂਦਾ ਤਾਂ ਦੋ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਔਰ ਡਾਕਟਰ ਤੋਂ ਫਰौती ਮੰਗੀ ਗਈ ਆ 1.5 ਲੱਖ ਰੁਪਇਆ ਫਰौती ਮੰਗੀ ਗਈ ਆ ਜਦੋਂ ਡਾਕਟਰ ਡੱਬਾ ਖੋਲਦਾ ਤਾਂ ਉਸਦੇ ਹੋਸ਼ ਛੁੱਟ ਜਾਂਦੇ ਆ ਔਰ ਮੌਕੇ ਤੇ ਹੀ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਜਾਂਦੀ ਆ ਤਾਂ ਦੋਵਾਂ ਨੂੰ ਪੁਲਿਸ ਨੇ ਚੱਕ ਲਿਆ ਔਰ ਪੁਲਿਸ ਨੇ ਹੈਰਾਨੀਜਨਕ ਖੁਲਾਸਾ ਕੀਤਾ ਇਸ ਪੂਰੇ ਮਸਲੇ ਦੇ ਉੱਪਰ ਕਿ ਇਹਨਾਂ ਨੇ ਬਾਲੀਵੁੱਡ ਦੀਆਂ ਫਿਲਮਾਂ ਦੇਖ ਕੇ ਇਹ ਪਲਾਨ ਬਣਾਇਆ ਇਹ ਦੋ ਮੁੰਡੇ ਸੀ ਇਹ ਜਿਹੜਾ ਸ਼ਖਸ ਦੇਖ ਰਹੇ ਹੋ ਤੁਸੀਂ ਸਰਕਲ ਲੱਗਿਆ ਹੋਇਆ ਇੱਕ ਹੋਰ ਅੰਦਰ ਦੀ ਤਸਵੀਰ ਆ ਆ ਮੁੰਡਾ ਜਿਹੜਾ ਬਾਹਰ ਆਪਣੇ ਦੋਸਤ ਦੇ ਨਾਲ ਜਿਹੜਾ ਨਾਲ ਉਸਦੇ ਪਾਰਟਨਰ ਇਨ ਕਰਾਇਮ ਸੀਗਾ ਉਹਦੇ ਨਾਲ ਖੜ ਕੇ ਗੱਲ ਕਰਦਾ ਫਿਰ ਜਦੋਂ ਅੰਦਰ ਐਂਟਰ ਹੁੰਦਾ ਕਲੀਨਿਕ ਦੇ ਤਾਂ ਉੱਥੇ ਦੇਖਦਾ ਤੇ ਕਹਿੰਦਾ ਕਿ ਡਾਕਟਰ ਸਾਹਿਬ ਦੇ ਅਸੀਂ ਜਾਣਕਾਰਾਂ ਦੋਸਤ ਮਿੱਤਰਾਂ ਔਰ ਡਾਕਟਰ ਸਾਹਿਬ ਦੇ ਲਈ ਦੀਵਾਲੀ ਤੇ ਮਠਿਆਈ ਦਾ ਡੱਬਾ ਲੈ ਕੇ ਆਏ ਆ ਔਰ ਉੱਥੇ ਫਿਰ ਇੱਕ ਮੁੰਡਾ ਮਠਿਆਈ ਦਾ ਡੱਬਾ ਫੜ ਕੇ ਅੰਦਰ ਜਾਣ ਲਈ ਪੂਰੀ ਡਿਟੇਲ ਪੁੱਛਦਾ ਹੈ ਪਰ ਇਹਨੂੰ ਨੂੰ ਪਤਾ ਸੀ ਕਿ ਮਠਿਆਈ ਦੇ ਡੱਬੇ ਦੇ ਵਿੱਚ ਲੱਡੂ ਬਰਫੀ ਕੋਈ ਹੈਗਾ ਗੁਲਾਬ ਜਾਮਨ ਕੋਈ ਹੈਗਾ ਜਾਂ ਫਿਰ ਹੋਰ ਕੋਈ ਸੱਪ ਨਿਕਲਿਆਉਣਾ ਇਹਦੇ ਵਿੱਚੋਂ ਤਾਂ ਇਹਦੇ ਚੋਂ ਨਿਕਲਦਾ ਇੱਕ ਲੈਟਰ ਬੰਬ ਔਰ ਉਹਦੇ ਵਿੱਚ ਲਿਖਿਆ ਹੁੰਦਾ ਕਿ ਭਾਈ ਡਾਕਟਰ ਸਾਹਿਬ 1.5 ਲੱਖ ਰੁਪਏ ਫਰौती ਦਿਓ ਨਹੀਂ ਤਾਂ ਫਿਰ ਤੁਹਾਡਾ ਕੰਮ ਤਮਾਮ ਕਰ ਦਾਂਗੇ ਇਸ ਤਰ੍ਹਾਂ ਦੀਆਂ ਗੱਲਾਂ ਲਿਖੀਆਂ ਹੁੰਦੀਆਂ ਪਰ ਪੁਲਿਸ ਨੇ ਸੂਝ-ਭੂਝ ਦੇ ਨਾਲ ਪੁਲਿਸ ਨੇ ਪੂਰਾ ਜਾਲ ਵਿਛਾਇਆ ਕਿਉਂਕਿ ਜਦੋਂ ਇਹ ਫੋਨ ਕਰਦੇ ਆ ਔਰ ਫੋਨ ਕਰਨ ਤੋਂ ਬਾਅਦ ਫਿਰ ਪੁਲਿਸ 트੍ਰੈਪ ਲਾਉਂਦੀ ਹੈ 트੍ਰੈਪ ਲਾ ਕੇ ਇਹਨਾਂ ਨੂੰ ਫੜ ਲਿਆ ਜਾਂਦਾ ਐਸਐਸਪੀ ਦਾ ਵੱਡਾ ਬਿਆਨ ਆਇਆ ਹੈ SSP ਹਰਜੀਤ ਸਿੰਘ ਉਹਨਾਂ ਦਾ ਵੱਡਾ ਬਿਆਨ ਆਇਆ ਹੈ ਉਹਨਾਂ ਨੇ ਫੜਿਆ ਕਿਸ ਤਰੀਕੇ ਨਾਲ ਪੁਲਿਸ ਨੇ ਔਰ ਕਿਵੇਂ ਟਰੈਪ ਲਾਇਆ ਪੂਰੀ ਜਾਣਕਾਰੀ ਉਹਨਾਂ ਨੇ ਦਿੱਤੀ ਹੈ SSP ਦਾ ਬਿਆਨ ਤੁਹਾਨੂੰ ਸੁਣਾ ਦਿੰਦੇ ਆ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਨੇ ਇਸ ਪੂਰੇ ਮਸਲੇ ਦੇ ਉੱਪਰ ਐਕਸ਼ਨ ਲਿਆ ਕਿਸ ਤਰੀਕੇ ਦੇ ਨਾਲ ਪੁਲਿਸ ਨੇ ਗ੍ਰਿਫਤਾਰ ਇਹਨਾਂ ਦੋਹਾਂ ਨੂੰ ਕੀਤਾ ਤਾਂ ਕਹਾਣੀ ਬੜੀ ਫਿਲਮੀ ਜੀ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਫਿਲਮਾਂ ਦੇਖ ਕੇ ਬਾਲੀਵੁੱਡ ਦੀ ਉਹਨਾਂ ਨੇ ਪਲਾਨ ਬਣਾਇਆ ਕਿ ਅਸੀਂ ਵੀ ਇਸ ਤਰੀਕੇ ਦੇ ਨਾਲ ਪੈਸੇ ਲੈ ਸਕਦੇ ਆ ਤਾਂ ਉਸੇ ਤਰੀਕੇ ਨਾਲ ਬਾਲੀਵੁੱਡ ਦੀ ਫਿਲਮ ਦੀ ਸਟੋਰੀ ਦੇਖ ਕੇ ਹੀ ਇਹ ਗਏ ਸੀ ਉਹੀ ਇਹਨਾਂ ਨੇ ਕਹਾਣੀ ਬਣਾਈ ਪਰ ਪੁਲਿਸ ਨੇ ਟਰੈਪ ਲਾ ਲਿਆ ਔਰ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਐਸਐਸਪੀ ਦਾ ਬਿਆਨ ਕੀ ਆਇਆ ਇਹਦੇ ਤੇ ਉਹ ਜਰਾ ਸੁਣਾ ਦਿੰਨੇ ਤੁਹਾਨੂੰ ਤੇ ਕੀ ਮੰਗਾਈ ਸੀ ਤੇ ਕਿੰਨੇ ਲੈਤੀ ਸਿਰਫ ਕੀ ਮੰਗ ਲਈ ਸੀ ਇਹਦੇ ਵਿੱਚ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਇੱਕ ਵਿਅਕਤੀ ਨੂੰ ਫਰੀਦਕੋਟ ਸ਼ਹਿਰ ਦੇ ਵਿੱਚ ਤੰਕੀ ਦਿੱਤੀ ਗਈ ਸੀ ਇਹ ਉਹ ਉਨਾ ਵੱਲੋਂ ਕੁਝ ਪੈਸਿਆਂ ਦੀ ਮੰਗ ਕੀਤੀ ਗਈ ਸੀ ਤੇ ਉਹਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਜੇਕਰ ਉਹਨਾਂ ਦੀ ਮੰਗ ਹੈ ਪੂਰੀ ਨਹੀਂ ਹੁੰਦੀ ਇਹਦੇ ਵਿੱਚ ਮੁਕੱਦਮਾ ਨੰਬਰ 392 ਜਿਹੜਾ ਹੈਗਾ ਉਹ ਦਰਜ ਕੀਤਾ ਗਿਆ 386 ਆਈਪੀਸੀ ਤੇ 120 ਬੀ ਧਾਰਾ ਦੇ ਤਹਿਤ ਤੇ ਇਹਦੇ ਵਿੱਚ ਡੀਐਸਪੀ ਫਰੀਦਕੋਟ ਦੀ ਟੀਮ ਵੱਲੋਂ ਤੇ ਪੀਸੀਆਰ ਇੰਚਾਰਜ ਦੀ ਟੀਮ ਵੱਲੋਂ ਜੁਆਇੰਟਲੀ ਆਪਰੇਸ਼ਨ ਕਰਦੇ ਹੋਏ ਜਿਹੜਾ ਹੈਗਾ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਇਹਨਾਂ ਦੇ ਨਾਮ ਇੱਕ ਤਾਂ ਵਿਕਰਮਜੀਤ ਸਿੰਘ ਹੈ ਤੇ ਦੂਸਰੇ ਦਾ ਨਾਮ ਚਿੰਦੀ ਹੈ ਛੋਟਾ ਨਾਮ ਇਹ ਵਿਅਕਤੀ ਦੋਵੇਂ ਭੋਲੂ ਵਾਲਾ ਰੋਡ ਦੇ ਰਹਿਣ ਵਾਲੇ ਨੇ ਤੇ ਇਹਨਾਂ ਤੋਂ ਇੱਕ ਮੋਟਰਸਾਈਕਲ ਦੀ ਵੀ ਬਰਾਮਦਗੀ ਹੋਈ ਹੈ ਜਿਹੜਾ ਮੋਟਰਸਾਈਕਲ ਇਹਨਾਂ ਨੇ ਜਿਹੜਾ ਹੈਗਾ ਉਸ ਵਿਅਕਤੀ ਨੂੰ ਧਮਕੀ ਦੇਣ ਦੇ ਸਮੇਂ ਇਸਤੇਮਾਲ ਕੀਤਾ ਸੀ ਹਲੇ ਇਹਨਾਂ ਕੋਲ ਕਿਸੇ ਹਥਿਆਰ ਹੋਣ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਨਾ ਹੀ ਇਹਨਾਂ ਨੇ ਜਿਹੜਾ ਹੈਗਾ ਆਪਣੀ ਜਿਹੜੀ ਧਮਕੀ ਵਾਲਾ ਜਿਹੜਾ ਇਹਨਾਂ ਨੇ ਕੰਮ ਕੀਤਾ ਉਹਦੇ ਵਿੱਚ ਕਿਸੇ ਹਥਿਆਰ ਨੂੰ ਪੇਸ਼ ਕੀਤਾ ਤੇ ਇਹਨਾਂ ਦੀ ਜਿਹੜੀ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਇਹ ਸਾਹਮਣੇ ਆਇਆ ਹੈ ਕਿ ਵਿਅਕਤੀ ਜਿਹਨੇ ਜਿਹੜੇ ਕਿਸੇ ਕੰਮਕਾਰ ਦੇ ਵਿੱਚ ਦਿਲਚਸਪੀ ਨਹੀਂ ਲੰਦੇ ਤੇ ਕਾਫੀ ਸਮੇਂ ਤੋਂ ਜਿਹੜਾ ਹੈਗਾ ਇਹ ਇਸ ਤਰੀਕੇ ਦੀ ਆਵਾਰਾਗਰਦੀ ਤੇ ਗਲਤ ਕੰਮਾਂ ਦੇ ਵਿੱਚ ਇਹਨਾਂ ਦਾ ਧਿਆਨ ਆ ਔਰ ਇੱਕ ਵਿਅਕਤੀ ਜਿਹੜਾ ਹੈਗਾ ਨਸ਼ੇ ਕਰਨ ਦਾ ਆਦੀ ਵੀ ਹੈ ਇਹਨਾਂ ਦਾ ਇੱਕ ਤੀਸਰਾ ਸਾਥੀ ਹੈ ਉਸ ਨੂੰ ਵੀ ਫੜਨ ਲਈ ਜਿਹੜੀ ਹੈਗੀ ਪੁਲਿਸ ਪਾਰਟੀ ਜਿਹੜੀ ਯਤਨ ਕਰ ਰਹੀ ਹੈ ਇਹਨਾਂ ਨੇ ਤਰੀਕਾ ਕਿ ਡਾਕਟਰ ਇਤਾਜ ਨੂੰ ਤੁਹਾਨੂੰ ਕਿਹਾ ਇਹਨਾਂ ਨੇ ਇੱਕ ਆਪਣੇ ਸਾਥੀ ਨੂੰ ਜਿਹੜਾ ਹੈਗਾ ਚਿੱਠੀ ਲਿਖਣ ਦਾ ਜਿਹੜਾ ਹੈਗਾ ਉਹਨੂੰ ਮਦਦ ਵਾਸਤੇ ਕਿਹਾ ਦੀਦੇ ਵਿੱਚ ਇਹਨਾਂ ਨੇ ਇੱਕ ਚਿੱਠੀ ਮਠਾਈ ਦੇ ਡੱਬੇ ਦੇ ਵਿੱਚ ਰੱਖ ਕੇ ਜਿਹੜਾ ਹੈਗਾ ਉਹ ਉਸ ਮੁਦਈ ਦੇ ਘਰੇ ਜਾ ਕੇ ਉਹ ਮਠਾਈ ਦਾ ਡੱਬਾ ਡਿਲੀਵਰ ਕੀਤਾ ਦੀਵਾਲੀ ਦੀ ਵਿਸ਼ ਕਰਨ ਦੇ ਬਹਾਨੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੇ ਇੱਕ ਫੋਨ ਜਿਹੜਾ ਹੈਗਾ ਮੁਦਈ ਨੂੰ ਕੀਤਾ ਜਿਹਦੇ ਵਿੱਚ ਇਹਨਾਂ ਨੇ ਉਸ ਨੂੰ ਇੱਕ ਮਿੱਥੇ ਸਮੇ ਤੇ ਮਿੱਠੀ ਜਗ੍ਹਾ ਤੇ ਆਕੇ ਜਿਹੜਾ ਹੈਗਾ 1.5 ਲੱਖ ਰੁਪਇਆ ਦੇਣ ਦੀ ਵਾਸਤੇ ਉਹਨਾਂ ਇਹਨਾਂ ਨੇ ਉਸ ਨੂੰ ਧਮਕਾਇਆ ਤੇ ਪੁਲਿਸ ਦੀਆਂ ਟੀਮਜ਼ ਵੱਲੋਂ ਟੈਕਨੀਕਲ ਹੈਲਪ ਰਾਹੀ ਤੇ ਇਨਵੈਸਟੀਗੇਸ਼ਨ ਦੇ ਦੌਰਾਨ ਸੀਸੀਟੀਵੀ ਦੀ ਮਦਦ ਲੈਂਦੇ ਹੋਏ ਇਹਨਾਂ ਦੀ ਪਛਾਣ ਕੀਤੀ ਗਈ ਤੇ ਇਹਨਾਂ ਨੂੰ ਕਾਬੂ ਕਰ ਲਿੱਤਾ ਗਿਆ ਕਿੰਨੇ ਘੰਟਿਆਂ ਦਾ ਪਰਚਾ ਚੜ੍ਹ ਪੜਨ ਤੋਂ ਛੇਤੀ ਕਰ ਲੈਣਾ ਕਿੰਨੇ ਘੰਟਿਆਂ ਦਾ ਰਹਿ ਜੀ ਸੈਸਨ ਪੜਦਾ ਇਹਦੇ ਵਿੱਚ ਜਿਹੜਾ ਹੈਗਾ ਮੁਕਤਮਾ ਕੱਲ ਦਰਜ ਕੀਤਾ ਗਿਆ ਸੀਗਾ ਦੁਪਹਿਰ ਦੇ ਸਮੇਂ ਤੇ ਲਗਭਗ 12 ਘੰਟਿਆਂ ਦੇ ਵਿੱਚ ਪੁਲਿਸ ਨੇ ਇਹਨਾਂ ਨੂੰ ਜਿਹੜਾ ਹੈਗਾ ਟੈਕਨੀਕਲ ਇਨਵੈਸਟੀਗੇਸ਼ਨ ਸੀਸੀਟੀਵੀ ਤੇ ਉਹਦੇ ਰਾਹੀਂ ਜਿਹੜਾ ਹੈਗਾ ਇਹਨਾਂ ਨੂੰ ਫੜਨ ਦੇ ਵਿੱਚ ਪੁਲਿਸ ਕਾਮਯਾਬ ਹੋਈ ਹੈ ਇਹ ਤਿੰਨੇ ਫੜੇ ਗਿਆ ਕਿ ਹਲੇ 2 ਵਿਅਕਤੀ ਫੜੇ ਗਏ ਨੇ ਤੇ ਜਿਹੜਾ ਤੀਸਰਾ ਵਿਅਕਤੀ ਹੈਗਾ ਉਹਦੀ ਉਹਨੂੰ ਫੜਨ ਵਾਸਤੇ ਉਹਦੀ ਭਾਲ ਜਾਰੀ ਹੈ